ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦਾ ਕੀਤਾ ਐਲਾਨ। ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ 6% ਡੀਏ ਦਾ ਵੀ ਐਲਾਨ। ਜਨਵਰੀ 2016 ਤੋਂ ਹੋਵੇਗੀ ਅਦਾਇਗੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਆਮ ਆਦਮੀ ਪਾਰਟੀ ਤੇ ਵੱਡਾ ਸਿਆਸੀ ਹਮਲਾ। ਆਮ ਆਦਮੀ ਪਾਰਟੀ ਨੂੰ ਦੱਸਿਆ ਬੇਈਮਾਨ ਪਾਰਟੀ। ਸੁੱਚਾ ਸਿੰਘ ਛੋਟੇਪੁਰ ਤੇ ਵੀ ਲਾਇਆ ਨਿਸ਼ਾਨਾ, ਕਿਹਾ ਕੌਣ ਹੈ ਛੋਟੇਪੁਰ। ਤਾਂ ਛੋਟੇਪੁਰ ਨੇ ਕੀਤਾ ਪਲਟਵਾਰ, ਕਿਹਾ ਵਕਤ ਆਉਣ ਤੇ ਜਨਤਾ ਕਰੇਗੀ ਫੈਸਲਾ। ਬਾਦਲ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਕਰੇਗੀ ਮੁੱਖ ਮੰਤਰੀ ਬਾਦਲ ਦੇ ਘਰ ਦਾ ਘੇਰਾਓ। ਕੀਟਨਾਸ਼ਕ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਤੋਤਾ ਸਿੰਘ ਤੇ ਉੱਠੇ ਸਨ ਸਵਾਲ। ਵਿਰੋਧੀ ਸਰਕਾਰ ਤੋਂ ਤੋਤਾ ਸਿੰਘ ਦੇ ਅਸਤੀਫੇ ਦੀ ਲਗਾਤਾਰ ਕਰ ਰਹੇ ਮੰਗ। ਸੁੱਚਾ ਸਿੰਘ ਛੋਟੇਪੁਰ ਵੱਲੋਂ ਨਸ਼ਿਆਂ ਤੇ 4 ਮਹੀਨਿਆਂ 'ਚ ਠੱਲ ਲਾਉਣ ਦੇ ਬਿਆਨ ਤੇ ਭਖੀ ਸਿਆਸਤ। ਕਾਂਗਰਸ ਬੋਲੀ ਗੁੰਮਰਾਹ ਕਰ ਰਹੀ ਆਮ ਆਦਮੀ ਪਾਰਟੀ, ਤਾਂ ਬੀਜੇਪੀ ਨੇ ਕੇਜਰੀਵਾਲ ਸਰਕਾਰ ਦੇ ਕੰਮਕਾਜ ਤੇ ਚੁੱਕੇ ਸਵਾਲ। ਪੰਜਾਬ ਕਾਂਗਰਸ 'ਚ ਪ੍ਰਧਾਨਗੀ ਦਾ ਰੇੜਕਾ ਖਤਮ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਲਈ ਸਿਆਸੀ ਕਸਰਤ ਹੋਈ ਤੇਜ਼। ਅਹੁਦੇਦਾਰੀ ਦੀ ਦੌੜ ਵਿੱਚ ਸ਼ਾਮਲ ਹੋਣ ਬਾਰੇ ਭੱਠਲ ਦੀ ਦਲੀਲ। ਆਲਾ ਕਮਾਨ ਕਰੇਗਾ ਫੈਸਲਾ, ਵਕਤ ਆਉਣ ਤੇ ਰੱਖਾਂਗੀ ਆਪਣੀ ਮੰਗ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਨੇ 15 ਦਸੰਬਰ ਨੂੰ ਬਠਿੰਡਾ 'ਚ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਸਫਲ ਬਣਾਉਣ ਦੀ ਤਿਆਰੀ ਕੀਤੀ ਸ਼ੁਰੂ। ਪਟਿਆਲਾ ਵਿੱਚ ਲਾਲ ਸਿੰਘ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ। ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਦੀ ਕਹੀ ਗੱਲ। ਪੰਜਾਬ ਕਾਂਗਰਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਪਹਿਲੀ ਵਾਰ ਆਏ ਮੀਡੀਆ ਦੇ ਸਾਹਮਣੇ। ਜ਼ੀ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਤੇ ਲਾਇਆ ਨਿਸ਼ਾਨਾ। ਨਾਲ ਹੀ ਦੱਸਿਆ ਕਿ 15 ਦਸੰਬਰ ਨੂੰ ਬਠਿੰਡਾ 'ਚ ਹੋਣ ਵਾਲੀ ਰੈਲੀ ਦਾ ਮਿਲ ਚੁੱਕਾ ਸੱਦਾ। ਪੂਰੇ ਦਲ ਬਲ ਦੇ ਨਾਲ ਜਾਣਗੇ ਰੈਲੀ ਵਿੱਚ। ਸਦਭਾਵਨਾ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨਾ ਲਾਉਣ ਤੇ ਕੈਪਟਨ ਦੀ ਪਤਨੀ ਤੇ ਕਾਂਗਰਸੀ ਵਿਧਾਇਕ ਪ੍ਰਨੀਤ ਕੌਰ ਨੇ ਦਿੱਤਾ ਸੀਐਮ ਬਾਦਲ ਨੂੰ ਸਖ਼ਤ ਸ਼ਬਦਾਂ ਵਿੱਚ ਜਵਾਬ। ਕਿਹਾ ਸੀਐਮ ਦੂਜਿਆਂ ਦੇ ਘਰਾਂ 'ਚ ਝਾਤ ਮਾਰਨਾ ਬੰਦ ਕਰਨ, ਪੰਜਾਬ ਦੇ ਹਾਲਾਤ 'ਤੇ ਦੇਣ ਧਿਆਨ, ਸੂਬੇ ਵਿੱਚ ਨਸ਼ੇ ਇੰਡਸਟਰੀ ਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ 'ਤੇ ਕਰਨ ਗੱਲਬਾਤ। ਬੀਜੇਪੀ ਆਗੂ ਆਰਪੀ ਸਿੰਘ ਅਤੇ ਤਰੁਣ ਚੁੱਗ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਕੀਤੀ ਚਰਚਾ। ਦੋਹਾਂ ਆਗੂਆਂ ਨੇ ਪੰਜਾਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਵਿੱਚ ਅਮਨ ਚੈਨ ਭੰਗ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਕਰਵਾਇਆ ਜਾਣੂ। ਰਾਜਨਾਥ ਸਿੰਘ ਨੇ ਦਿੱਤਾ ਭਰੋਸਾ, ਪੰਜਾਬ ਦੇ ਹਾਲਾਤ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤੇ ਜਾਣਗੇ ਖਰਾਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ 'ਤੇ ਰੋਕ ਲਗਾਉਣ ਲਈ ਪਾਵਨ ਸਰੂਪਾਂ 'ਤੇ ਚਿੱਪ ਲਗਵਾਉਣ 'ਤੇ ਕੀਤਾ ਜਾ ਰਿਹਾ ਵਿਚਾਰ। ਜਥੇਦਾਰ ਸਾਹਿਬ ਨੇ ਦਿੱਤੀ ਜਾਣਕਾਰੀ, ਨਵੇਂ ਸਰੂਪ ਲੈਣ ਵਾਲਿਆਂ ਲਈ ਵੀ ਨਵੀਆਂ ਹਦਾਇਤਾਂ ਜਾਰੀ। ਹਿਮਾਚਲ ਪ੍ਰਦੇਸ਼ ਵਿੱਚ ਚੋਣ, ਪੰਚਾਇਤੀ ਚੋਣਾਂ ਦੇ ਦੂਜੇ ਗੇੜ ਦਾ ਐਲਾਨ। 1, 3 ਅਤੇ 5 ਜਨਵਰੀ ਨੂੰ ਹੋਣਗੀਆਂ ਚੋਣਾਂ। ਕਾਂਗੜਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਉੱਤੇ ਹੋਣਗੀਆਂ ਚੋਣਾਂ। 48 ਲੱਖ ਤੋਂ ਜ਼ਿਆਦਾ ਵੋਟਰਸ ਕਰਨਗੇ ਵੋਟਿੰਗ, ਚੋਣ ਜ਼ਾਬਤਾ ਲਾਗੂ। ਹਮੀਰਪੁਰ 'ਚ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਸੀਐਮ ਵੀਰਭਦਰ ਸਿੰਘ 'ਤੇ ਇੱਕ ਵਾਰ ਫਿਰ ਲਗਾਇਆ ਨਿਸ਼ਾਨਾ। ਕਿਹਾ ਜੇਕਰ ਮੁੱਖ ਮੰਤਰੀ ਵੀਰਭਦਰ ਸਿੰਘ ਨੇ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਕਿਸ ਗੱਲ ਦਾ ਹੈ ਡਰ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਸੀਐਮ ਰਿਹਾ ਤਾਂ UPA ਸਰਕਾਰ ਨੇ ਮੇਰੇ ਨਾਲ ਵੀ ਬਹੁਤ ਕੁਝ ਕੀਤਾ ਸੀ। ਜੰਮੂ ਤੋਂ ਫੜਿਆ ਗਿਆ ISI ਦਾ ਇੱਕ ਹੋਰ ਏਜੰਟ ਸਾਬੂਰ ਨਾਮ ਦੇ ਟੀਚਰ ਦੀ ਮੰਜੀਕੋਟ ਤੋਂ ਹੋਈ ਗ੍ਰਿਫਤਾਰੀ। ਪੁਲਿਸ ਤੋਂ ਬਚਣ ਦੇ ਲਈ ਛੱਤ ਤੋਂ ਮਾਰੀ ਛਾਲ, ਲੱਤ ਟੁੱਟੀ। ਪੁਲਿਸ ਨੇ ਕਰਾਇਆ ਹਸਪਤਾਲ ਵਿੱਚ ਭਰਤੀ। ਜਾਸੂਸੀ ਕਾਂਡ ਵਿੱਚ ਇਹ ਹੈ 4ੀ ਗ੍ਰਿਫਤਾਰੀ। ਹੰਦਵਾੜਾ 'ਚ ਸ਼ਹੀਦ ਨਾਇਕ ਸਤੀਸ਼ ਕੁਮਾਰ ਨੂੰ ਫੌਜ ਨੇ ਦਿੱਤੀ ਸ਼ਰਧਾਂਜਲੀ। ਜਨਰਲ ਦਲਬੀਰ ਸਿੰਘ ਵੀ ਪਹੁੰਚੇ ਸ੍ਰੀਨਗਰ। ਦਹਿਸ਼ਤਗਰਦਾਂ ਦੇ ਖਿਲਾਫ ਕੌਮੀ ਰਾਈਫਲਸ ਨੇ ਦਿੱਤੀ ਇੱਕ ਹੋਰ ਕੁਰਬਾਨੀ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕਰਨ ਚੰਡੀਗੜ੍ਹ ਤੋਂ ਆਈ ਟੀਮ ਦਾ ਪ੍ਰਦਰਸ਼ਨਕਾਰੀਆਂ ਨੇ ਕੀਤਾ ਘੇਰਾਓ। ਪ੍ਰਦਰਸ਼ਨਕਾਰੀ ਜਾਂਚ ਦੇ ਕਮਰੇ ਵਿੱਚ ਜ਼ਬਰਦਸਤੀ ਵੜਨ ਲੱਗੇ ਅਤੇ ਮੁਆਵਜ਼ੇ ਦੀ ਮੰਗ ਕਰਨ ਲੱਗੇ। ਉੱਥੇ ਜਾਂਚ ਟੀਮ ਦਾ ਕਹਿਣਾ ਹੈ ਕਿ ਛੇਤੀ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਏਗਾ ਅਤੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਏਗੀ। ਨਰਮੇ ਤੋਂ ਬਾਅਦ ਕਿਨੂਆਂ ਦੀ ਫਸਲ 'ਤੇ ਵੀ ਚਿੱਟੀ ਮੱਖੀ ਦੀ ਮਾਰ। ਖਰਾਬ ਹੋਣ ਲੱਗੀ ਫਾਜ਼ਿਲਕਾ ਦੇ ਕਿਸਾਨਾਂ ਦੀ ਕਿਨੂਆਂ ਦੀ ਫਸਲ। ਜੂਸ ਫੈਕਟਰੀ ਬੰਦ, ਫਸਲ ਦਾ ਖਰੀਦਦਾਰ ਨਹੀਂ, ਸਰਕਾਰ ਤੋਂ ਮਦਦ ਦੀ ਗੁਹਾਰ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਚੋਰਾਂ ਨੇ ATM ਨੂੰ ਬਣਾਇਆ ਨਿਸ਼ਾਨਾ। ਚੋਰੀ ਕੀਤੇ 21 ਲੱਖ ਰੁਪਏ।
एटीएम च नहीं लगे सन सीसीटीवी, पुलिस ने केस दर्ज कर जांच की शुरू। बठिंडा च पुलिस की गड्डियां नूं नहीं मिलेगा पेट्रोल, पंप मालकां ने बकाया ना चुकाउण ते पेट्रोल देण तों कीता इनकार। पुलिस वल 130 वख-वख पेट्रोल पंप वालियां दा है 125 करोड़ बकाया। फिरोजपुर विच बर्बाद हो रहा करोड़ां रुपए नाल बनिया स्टेडियम, सांभ संभाल दा नहीं कोई प्रबंध, नशेड़ी नशियां लई करदे ने स्टेडियम दा इस्तेमाल। ठंड वधन नाल घटिया दुध दा उत्पादन, दुधारू पशुआं ते ठंड दा असर, दुध दीआं कीमतां वधन नाल आम लोग हो रहे ने परेशान, 50 रुपए प्रति लीटर दी कीमत नाल मिल रहा दुध। मास्टर ब्लास्टर सचिन तेंदुलकर नाल इक मुलाकात ने कैथल दे अशोक कुमार दी बदली जिंदगी, क्रिकेटर सचिन दा हौसला अफजाई, अशोक दे सिर गिनीज बुक ऑफ वर्ल्ड रिकॉर्ड्स दा सेरा, 147 मिनट विच बिना रुके 10,000 हाफ डंड बैठक लगाउण दा बनाया रिकॉर्ड। वादी ठंड दरमियान खुले आसमान हेठ सौण नूं मजबूर मुल्क दे बशिंदे, जी पंजाब हरियाणा हिमाचल ने लिया रैण बसेरियां दा जायजा, मिशन रैण बसेरा च खुली दावियां दी पोल। आम आदमी पार्टी दे आगू सुचा सिंह छोटेपुर दा डायरेक्ट विद दिनेश प्रोग्राम विच वड्डा ऐलान, कहा 4 महीनियां विच पंजाब चो नशा करांगे खत्म, नहीं कर सके तां लवांगे सियासत तों संन्यास। सुचा सिंह छोटेपुर नाल पूरी गलबात देखो अज रात 7 बजे साढ़े खास प्रोग्राम डायरेक्ट विद दिनेश विच। ते बिना एमबीए दी डिग्री ले कि बिजनेसमैन बनना है मुमकिन, कि एंटरप्रेन्योरशिप सिर्फ बिजनेस तक ही है सीमित, कि नियमां नूं तोड़न वाला ही बन सकता है एक कामयाब बिजनेसमैन, किवें डॉक्टर चंद्रा ने मंदी विच भी कमाया मुनाफा, देखो डॉक्टर सुभाष चंद्रा शो अज सवेरे 10 बजे।